ਜਿਸ ਤਰ੍ਹਾਂ ਦਮਨ ਜੀ ਮੈਂ ਗੱਲ ਕਰ ਰਿਹਾ ਸੀ, ਇਹ ਜਿਹੜੇ ਗਰੀਬੀ ਵੀ ਇਹਦਾ ਇੱਕ ਕਾਰਨ ਹੋ ਸਕਦੀ ਹੈ। ਬੱਚੇ ਉਦੋਂ ਪੇਰੈਂਟਸ ਜਿਹੜੇ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ, ਪਰ ਹਾਲਾਤ 'ਚ ਉਦੋਂ ਗੜਬੜ ਹੁੰਦੇ ਨੇ ਜਦੋਂ ਚੰਗੇ ਸਕੂਲਾਂ ਦੇ ਵਿੱਚ ਵੀ, ਜਿਹੜੀ ਤੁਹਾਡੀ ਸਟੱਡੀ ਇਹ ਕਹਿੰਦੀ ਹੈ ਨਾ ਜੀ ਕਿ ਉੱਥੇ ਜਿਹੜੀ ਡੋਮੈਸਟਿਕ ਵਾਇਲੈਂਸ ਹੁੰਦੀ ਹੈ, ਅਤੇ ਲੇਕਿਨ ਜਿਹੜੇ ਚੰਗੇ ਘਰ ਨੇ, ਚੰਗੇ ਸਕੂਲਾਂ 'ਚ ਬੱਚੇ ਪੜ੍ਹਦੇ ਨੇ, ਉੱਥੇ ਵੀ ਇਹ ਰੁਝਾਨ ਦੇਖਣ ਨੂੰ ਮਿਲ ਰਿਹਾ। ਕੀ ਇਹਦੇ ਵਿੱਚ ਕਿਹੜਾ ਸਭ ਤੋਂ ਡੋਮੀਨੇਟ ਰੀਜ਼ਨ ਮੀਡੀਆ ਹੈ, ਜਾਂ ਪੇਰੈਂਟਸ ਨੇ, ਜਾਂ ਪੇਰੈਂਟਸ ਵੱਲੋਂ ਦਿੱਤਾ ਜਾਣਾ ਟਾਈਮ ਘੱਟ ਹੈ, ਜਾਂ ਬੱਚਿਆਂ ਦੇ ਸੰਗਤ ਦਾ ਅਸਰ, ਕੰਪਨੀ ਦਾ ਅਸਰ ਹੈ, ਕੀ ਹੈ? ਡੈਫੀਨੇਟਲੀ ਪੋਵਰਟੀ ਇੱਕ ਬਹੁਤ ਵੱਡਾ ਰੀਜ਼ਨ ਹੈ ਇਸ ਵਿੱਚ। ਬਹੁਤ ਸਾਰੀਆਂ ਰਿਸਰਚਸ ਵੀ ਹੋ ਚੁੱਕੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਪੂਅਰ ਫੈਮਿਲੀਜ਼ ਦੇ ਵਿੱਚੋਂ ਜਾਂ ਡਿਪਰਾਈਵਡ ਫੈਮਿਲੀਜ਼ ਦੇ ਵਿੱਚੋਂ ਜਿੱਥੇ ਰਿਸੋਰਸਿਸ ਘੱਟ ਨੇ, ਬੱਚੇ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਵਿੱਚ ਇਨਵੋਲਵ ਹੋ ਜਾਂਦੇ ਨੇ, ਡਰੱਗਸ ਦੇ ਵਿੱਚ, ਗੈਂਗਸ ਦੇ ਵਿੱਚ, ਅਗਰੈਸ਼ਨ ਦੇ ਵਿੱਚ ਐਂਡ ਵਾਇਲੈਂਸ ਦੇ ਵਿੱਚ। ਬਟ ਮੋਰ ਦੈਨ ਦੈਟ ਆਈ ਵੁੱਡ ਸੇ ਕਿ ਸਭ ਤੋਂ ਇੰਪੋਰਟੈਂਟ ਜਿਹੜਾ ਰੀਜ਼ਨ ਹੈ ਉਹ ਹੈ ਫੈਮਿਲੀ ਇਨਵਾਇਰਮੈਂਟ। ਘਰ ਦਾ ਮਾਹੌਲ ਬਹੁਤ ਹੀ ਇੱਕ ਚੰਗਾ ਬੱਚਿਆਂ ਨੂੰ ਦੇਣਾ ਸਾਡਾ ਬਣਦਾ ਹੈ। ਜਿੰਨਾ ਫੈਮਿਲੀਜ਼ ਦੇ ਵਿੱਚ ਸਪੈਸ਼ਲੀ ਮਦਰ ਅਤੇ ਫਾਦਰ ਦਾ ਡਿਸਕਾਰਡ ਹੈ ਜਾਂ ਇੰਟਰ ਪੇਰੈਂਟਲ ਕੌਨਫਲਿਕਟ ਹੈ, ਉੱਥੇ ਬੱਚੇ ਸਭ ਤੋਂ ਜ਼ਿਆਦਾ ਸਫ਼ਰ ਕਰਦੇ ਨੇ। ਬਿਲਕੁਲ, ਤੁਸੀਂ ਸਰਕਾਰੀ ਸਕੂਲ 'ਚ ਪੜ੍ਹਾਉਂਦੇ ਹੋ, ਮੈਂ ਸਿਰਫ ਸਰਕਾਰੀ ਸਕੂਲਾਂ ਦੀ ਅੱਜ ਗੱਲ ਕਰਾਂਗਾ ਜਿਸ ਦੇ ਹਵਾਲੇ ਨਾਲ ਅਸੀਂ ਗੱਲ ਕਰ ਰਹੇ ਹਾਂ, ਹੈਵੀ ਸਰਕਾਰੀ ਸਕੂਲ। ਸਰਕਾਰੀ ਸਕੂਲ ਦੇ ਜਿਹੜੇ ਬੱਚੇ ਨੇ, ਉਹਨਾਂ 'ਚ ਕਿਸ ਕਿਸਮ ਦੀ ਪ੍ਰੋਬਲਮ, ਇਹ ਇਸ ਤਰ੍ਹਾਂ ਦੀ ਬਿਰਤੀ ਕਿਉਂ ਆ ਰਹੀ ਹੈ, ਉਹਦੇ ਪਿੱਛੇ ਕੀ ਰੀਜ਼ਨ ਲੱਗਦੇ ਨੇ? ਜਿੱਥੋਂ ਤੱਕ ਤੁਸੀਂ ਇੱਕ ਪਹਿਲਾਂ ਪੁਆਇੰਟ ਜਿਹੜਾ ਹੈਗਾ ਪਾਵਰਟੀ ਦਾ ਡਿਸਕਸ ਕੀਤਾ, ਇਹ ਬਹੁਤ ਮਹੱਤਵਪੂਰਨ ਪੁਆਇੰਟ ਹੈ ਸਰਕਾਰੀ ਸਕੂਲਾਂ ਦੇ ਵਿੱਚ, ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਸਾਡੇ ਕੋਲ ਜਿਹੜੇ ਬੱਚੇ ਆ ਰਹੇ ਨੇ, 95% ਤੋਂ ਵੀ ਜ਼ਿਆਦਾ ਹਿੱਸਾ ਉਹਨਾਂ ਬੱਚਿਆਂ ਦਾ ਜਿਨ੍ਹਾਂ ਦੇ ਪੇਰੈਂਟਸ ਦੀ ਜਿਹੜੀ ਇਨਕਮ ਹੈ ਉਹ ਬਹੁਤ ਘੱਟ ਹੈ, ਉਹ ਬੱਚੇ ਨੂੰ ਚੰਗੀਆਂ ਸਹੂਲਤਾਂ ਨਹੀਂ ਦੇ ਸਕਦੇ। ਅਤੇ ਦੂਸਰੀ ਗੱਲ ਇਹ ਹੈ ਵੀ ਜਿਹੜਾ ਬੱਚਾ ਸਾਡੇ ਕੋਲ ਆ ਰਿਹਾ, ਉਹਦੀ ਇੱਕ ਵੱਡੀ ਪ੍ਰੋਬਲਮ ਇਹ ਵੀ ਹੈ ਵੀ ਉਹਦੇ ਪੇਰੈਂਟਸ ਮੋਸਟਲੀ ਦੋਵੇਂ ਮਾਂ ਅਤੇ ਬਾਪ ਦੋਨੋਂ ਦਿਹਾੜੀ ਕਰਦੇ ਆ, ਉਹਨਾਂ ਕੋਲ ਉਹਨਾਂ ਨੂੰ ਦੇਣ ਨੂੰ ਕੋਈ ਸਮਾਂ ਵੀ ਨਹੀਂ ਹੈ, ਅਤੇ ਉਹਨਾਂ ਨੂੰ ਦੇਣ ਨੂੰ ਕੋਈ ਬੈਟਰ ਇਨਵਾਇਰਮੈਂਟ ਵੀ ਨਹੀਂ ਹੈ, ਕਿਉਂਕਿ ਪਾਵਰਟੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਸਮੱਸਿਆ ਹੈ ਜਿਹੜੀ ਹੋਰ ਤਰ੍ਹਾਂ ਦੇ ਕਲੇਸ਼ ਜਿਹੜੀ ਹੈਗੀ ਆ ਉਹਨਾਂ ਨੂੰ ਦੇ ਜਨਮਦਾਤੀ ਬਣਦੀ ਹੈ ਇੱਕ ਤਰ੍ਹਾਂ। ਉਸ ਤੋਂ ਬਾਅਦ ਫਿਰ ਜਿਹੜੇ ਸਰਕਾਰੀ ਸਕੂਲਾਂ ਦੇ ਅਧਿਆਪਕ ਨੇ, ਜਿਨ੍ਹਾਂ ਦੇ ਵਿੱਚੋਂ ਮੈਂ ਵੀ ਸ਼ਾਮਿਲ ਹਾਂ, ਮੈਂ ਕਈ ਵਾਰੀ ਮਹਿਸੂਸ ਕਰਦੀ ਹਾਂ ਕਿ ਜਿਸ ਤਰੀਕੇ ਨਾਲ ਮੈਂ ਪੜ੍ਹਾਉਣਾ ਚਾਹੁੰਦੀ ਹਾਂ, ਕਈ ਵਾਰੀ ਹਫ਼ਤੇ ਲੰਘ ਜਾਂਦੇ ਆ ਉਸ ਤਰੀਕੇ ਨਾਲ ਪੜ੍ਹਾਉਣ 'ਚ। ਉਹਦਾ ਕਾਰਨ, ਹਾਂਜੀ ਮੈਂ ਉਹੀ ਉਸੇ ਪੁਆਇੰਟ 'ਤੇ ਮੈਂ ਆ ਰਹੀ ਹਾਂ, ਕਾਰਨ ਇਹ ਹੈ ਕਿ ਅਸੀਂ ਵੈਸਟ ਦੇ ਐਜੂਕੇਸ਼ਨ ਦੇ ਮਾਡਲ ਨੂੰ ਨਾ ਅੱਖਾਂ ਬੰਦ ਕਰਕੇ ਅਪਣਾ ਰਹੇ ਹਾਂ। ਵੈਸਟ 'ਚ ਸਭ ਕੁਛ ਮਾੜਾ ਨਹੀਂ ਹੈ ਤਾਂ ਸਭ ਕੁਛ ਚੰਗਾ ਵੀ ਨਹੀਂ ਹੈ, ਸਾਡਾ ਇੱਕ ਆਪਣਾ ਮਾਡਲ ਹੈ, ਹਰ ਇੱਕ ਸੋਸਾਇਟੀ ਦਾ ਇੱਕ ਆਪਣਾ ਮਾਡਲ ਹੁੰਦਾ, ਅਤੇ ਉਸ ਸੋਸਾਇਟੀ ਦੀ ਜੋ ਵੀ ਉਹਦੀਆਂ ਆਫਸ਼ੂਟਸ ਨੇ ਆਪਾਂ ਕਹਿ ਸਕਦੇ ਹਾਂ, ਜਾਂ ਜੋ ਉਹਦਾ ਐਜੂਕੇਸ਼ਨ ਸਿਸਟਮ ਹੈ, ਜੋ ਉਹਦਾ ਹੈਲਥ ਸਿਸਟਮ ਹੈ, ਉਹ ਉਹਦਾ ਆਪਣਾ ਹੋਏਗਾ। ਜਦੋਂ ਆਪਾਂ ਕਿਸੇ ਹੋਰ ਮਾਡਲ ਨੂੰ ਬਿਨਾਂ ਸੋਚੇ ਸਮਝੇ ਕਿਸੇ ਹੋਰ ਸੋਸਾਇਟੀ 'ਤੇ ਐਜ਼ ਇਟ ਇਜ਼ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਖਾਸੀਆਂ ਸਮੱਸਿਆਵਾਂ ਆਉਂਦੀਆਂ ਨੇ, ਜਿਹਦੇ ਵਿੱਚੋਂ ਕੁਛ ਸਮੱਸਿਆਵਾਂ ਜਿਹੜੀਆਂ ਨੇ ਉਹ ਮੈਂ ਵੀ ਮਹਿਸੂਸ ਕਰ ਰਹੀ ਹਾਂ। ਜਿੱਥੋਂ ਤੱਕ ਸਾਡੇ ਅਸੀਂ ਕਹਿ ਸਕਦੇ ਹਾਂ ਕਿ ਅਧਿਕਾਰੀਆਂ ਦਾ ਸਵਾਲ ਹੈ, ਉਹਨਾਂ ਨੂੰ ਕਿਸੇ ਹੱਦ ਤੱਕ ਲੱਗਦਾ ਹੈ ਕਿ ਜਿਹੜਾ ਟੀਚਰ ਹੈ ਉੱਥੇ ਬੈਠਾ, ਉਹਦੇ ਨਾਲ ਉਹਦਾ ਸਭ ਤੋਂ ਜਿਹੜਾ ਇੰਪੋਰਟੈਂਟ ਕੰਮ ਹੈ ਉਹ ਸਾਨੂੰ ਜਾਣਕਾਰੀ ਪ੍ਰਦਾਨ ਕਰਨਾ, ਜਦਕਿ ਮੈਨੂੰ ਲੱਗਦਾ ਕਿ ਸਾਡਾ ਜਿਹੜਾ ਮਹੱਤਵਪੂਰਨ ਕੰਮ ਹੈ ਉਹ ਬੱਚਿਆਂ ਨੂੰ ਸਿਰਫ ਜਾਣਕਾਰੀ ਪ੍ਰਦਾਨ ਕਰਨਾ ਨਹੀਂ, ਉਹਨਾਂ ਨੂੰ ਸਿੱਖਿਆ ਦੇਣਾ। ਇਹ ਦੋ ਬਹੁਤ ਪੁਆਇੰਟ। ਚੱਲ ਸਾਹਿਬ, ਹੁਣ ਜਿਵੇਂ ਡਾਕਟਰ ਆਸ਼ਾ ਕਿਰਨ ਕਹਿ ਰਹੇ ਨੇ ਕਿ ਅਧਿਕਾਰੀਆਂ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ, ਤੁਸੀਂ ਅਧਿਕਾਰੀ ਰਹੇ ਹੋ, ਤੁਸੀਂ ਆਪਦੀ ਜ਼ਿੰਮੇਵਾਰੀ ਕਿਸ ਤਰ੍ਹਾਂ ਨਿਭਾਉਂਦੇ ਸੀ ਕਿ ਟੀਚਰਸ ਨੂੰ ਇਸ ਕਿਸਮ ਦਾ ਕੋਈ ਸਿੱਖਿਆ ਦਿੰਦੇ ਸੀ ਕਿ ਬੱਚਿਆਂ ਨੂੰ ਕਿਵੇਂ ਹੈਂਡਲ ਕਰਨਾ, ਜਾਂ ਉਹਨਾਂ ਨੂੰ ਮਨੋਵਿਗਿਆਨਿਕ ਪੱਖ ਤੋਂ ਕੋਈ ਟ੍ਰੇਨਿੰਗ ਦਿੰਦੇ ਸੀ? ਹਾਂਜੀ, ਟ੍ਰੇਨਿੰਗ ਤਾਂ ਇਸ ਸੰਬੰਧ ਵਿੱਚ ਡਾਈਟ ਔਰ ਇਨ ਸਰਵਿਸ ਟ੍ਰੇਨਿੰਗ ਸੈਂਟਰ, ਭਾਸ਼ਾ ਵਿਭਾਗ, ਭਾਸ਼ਾ ਦੇ ਸੰਬੰਧ ਵਿੱਚ ਵੀ ਹਰ ਵਿਸ਼ੇ ਨੂੰ ਪੜ੍ਹਾਉਣ ਵਿੱਚ ਬਣੇ ਹੋਏ ਨੇ, ਉੱਥੇ ਇਨ ਸਰਵਿਸ ਟੀਚਰ ਵੀ ਟ੍ਰੇਨਿੰਗ ਲੈਂਦੇ ਰਹਿੰਦੇ ਨੇ, ਇਸ ਤਰ੍ਹਾਂ ਦਾ ਪ੍ਰਬੰਧ ਤਾਂ ਕੀਤਾ ਹੋਇਆ। ਪਰ ਮੈਂ ਇੱਕ ਹੋਰ ਗੱਲ 'ਤੇ ਆਪ ਜੀ ਦਾ ਧਿਆਨ ਖਿੱਚਣਾ ਚਾਹੁੰਦਾ ਕਿ ਸਾਡੇ ਸਮਾਜ, ਸਾਡੇ ਵਿਭਾਗ ਦੇ ਵਿੱਚ ਪ੍ਰਿੰਸੀਪਲ ਤੱਕ ਪੜ੍ਹਾਈ ਦਾ ਸਿੱਧਾ ਸੰਬੰਧ ਹੈ, ਉਸ ਤੋਂ ਉੱਪਰ ਨਿਰਾ ਪ੍ਰਬੰਧਕੀ ਕੰਮ ਹੋ ਜਾਂਦਾ, DO, CO, ਡਿਪਟੀ ਡਾਇਰੈਕਟਰ, ਡਾਇਰੈਕਟਰ ਅਤੇ ਹੋਰ ਵੀ ਜਿਹੜਾ ਇਨ ਸਰਵਿਸ ਟ੍ਰੇਨਿੰਗ ਦੇ ਵਿੱਚ ਜਿਹੜੇ ਕਲਾਸ 1 ਹੋਰ ਸਾਰੇ
तो वह प्रबंधकी काम के इन्होंने उत्ते भी इस वेले आई एस अफसर लाए जा रहे हैं जी। सो ये बड़ी मंदभागी गल है क्योंकि अध्यापक का काम इन्ना उच्च दर्जे का है, गुरु वाली गल है। जे साडा डायरेक्टर जो है उस अध्यापक उस तरह का अध्यापक नहीं होएगा जो तजर्बा नहीं होएगा, सीधे एडमिनिस्ट्रेटर उन्होंने उत्ते आके बैठ जाएंगे तो उन्होंने पॉलिसीज के कलैश आएगा, उन्होंने तो डरते मारे कोई सच्ची गल हेठ पैदा नहीं करे। मैं समझदा कि जिन्ने साडे अधिकारी ने वह जो जाते हैं वो वो वे इन्नी गल ही चैक कर सकते हैं भी टीचर हाजिर होंगे, विद्यार्थी किन्ने रह गए स्कूल के पीरियड इन्होंने कोई भजया तो नहीं, स्कूल एवं छुट्टी तो नहीं कर ली, उत्थे टॉयलेट ठीक बने हुए ने, जी पढ़ाई वाली गल दसदी ही नहीं कुछ भी टाइम है ना ही पॉसीबल है ना ही पॉसीबल है। लेकिन मैं ये दसना चाहना अरिया साहब कि साडे जिहड़े अध्यापक ने इन्हां दी संख्या बहुत ज्यादा है, लखां दे विच है, हर जिले के घट्टो घट्ट दो दो ढाई ढाई लख सैकेंडरी के टीचर बैठे ने। जो असी कोई भी काम करना है उन्होंने हेठों कदे भी नहीं पूछा जाता कि तुहाडियां डिफिकल्टीज की ने, तो उहदे उत्ते उपरों थोपिया जांदियां ने, उन्होंने तो बोटा बनाने का काम भी लिया जाता गिनती करता है काम नहीं वाधू दे ले जाते हैं, उन्होंने बेईमान समझा के इस तरह कहा जाता है कि चोरों मूँह छापे मार दिए, जिम्मे पुलिस जाके छापा मार दी है कि फीम वाले फड़ने हैं, नशे वाले फड़ लेने हैं, वायलेंस करने वाला फड़ लेना है। अध्यापकों तो जाके उन्होंने काम देखो, जो कोई गलती है उन्होंने उत्थे बैठ के सर साहब ये विषय बिल्कुल डिफरेंट है, तो गल बहुत महत्वपूर्ण है, फिर गल करा अज क्योंकि समय की सीमा तो अब जो सा विषय वह गल करते हैं। अज जी गल जिते आप गल शुरू की तुम मनोविग्ञानी हो, तुम लोगों को काउंसलिंग करते हो, तो खास तौर पर बच्चों पर थोड़ा काम है, तो उन्होंने की लगता है बच्चों की ये बढ़ रही प्रवृत्ति है जी हिंसात्मक जी वायलेंस बढ़ रही है उन्होंने मन के इनू किमें रोकया जा सकता है? एडोलसेंस के जो बच्चे टीन ईयरस आते हैं बहुत सारिया बॉडीली चेंजेस आ रही ने, इमोशनल चेंजेस आदि ने, आइडेंटिटी क्राइसिस फेस करते हैं, इन्हों की एकदम अपसर्ज हो जाती है इन्होंने सारे इशूज के असी कहते हैं कि हैंडलिंग एन एडोलसेंट इज़ लाइक वॉकिंग ऑन द एक्शल्स, तो सानू बहुत ही अपने आप को मोनीटर करके बीइंग वेरी केयरफुली। बिल्कुल सादे लफ्जा च क्योंकि साढ़े जो मापे सुन रहे हैं तो अध्यापक सुन रहे हैं उन्होंने दसो ओके इन लेमैन लैंग्वेज मैं कहांगी कि जो असी बच्चों नाल इस उम्र विच टीनएजर्स नाल डील करना है वी टॉक अबाउट 4L मॉडल, 1L इज लव, बच्चों नू बहुत सारा प्यार चाहिए है, बहुत प्यार दो, अनकंडीशनल लव दो। सैकेंड इज लाफ्टर, बहुत सारिया बच्चे गलतियां करेंगे बट यू हैव टू फॉरगिव देम, हंस के टालो, जरूरी नहीं है कि ओदी उन्हें सजा दो, बहुत उन्हां नाल ह्यूमर यूज करो, जे उन्हें कुछ गलत कहता है, कोई बदतमीजी वाली गल कीती है या कुछ उन्हें तुहानू लगा कि कुछ डिसरिस्पेक्टफुल किया है, उन्हें असी टेंशन नू ईज ऑफ करने दी कोशिश करनी है। टीचर जो जदों ने गाल कढ़ी जे सपोज कढ़ी तब टीचर नू हंस के टाल देना चाहिए, हंस के टालन दा ये मतलब आ कि वी शुड ट्राई कि असी इमोशनली असी बहुत इंटेलीजेंट वे नाल एक बेटर अल्टरनेटिव डिसरिस्पेक्ट दे के अपना आप नू एक्सप्रेस नहीं करना, ये बहुत जरूरी है बच्चों नू सिखाना कि अपनी लिमिट्स, चाहे वो घर तो बाहर जाने दी लिमिट्स किन्ने ने, किन्ने बजे तक वो बाहर रह सकता है, किस तरह के फ्रेंड्स बना सकता है, पार्टीज ते जाना अलाउड है कि नहीं है, किद्दां दी कंपनी आ, किन्ना इंटरनेट यूज कर रहा है, वो सारा एक लिमिट होनी चाहिए आ। एंड द फोर्थ इज वेरी इंपॉर्टेंट थिंग इज लिंकेजेस, जो असीं कहिंदे आ कि बच्चों नू किसी ना किसी चीज़ नाल हायर गोल दे नाल लिंक करो, कोई भी कम्युनिटी वर्क ना लिंक करो, कोई स्कूल दा कोई अपना एम बना दो, एम बना दो कि उन्हें एक रिस्पॉन्सिबिलिटी दो, बच्चों नू ये नहीं कि तुसी बस साढ़े ते हुण साढ़े सिर ते तुसी ऐश करनी है, इहो जी मैंटैलिटी नहीं बनानी, बच्चों नू एक रिस्पॉन्सिबिलिटी दो, जिदा स्कूल चों आंदे ने उन्हां नू कहो कि अज जो भी लंच मोनीटर करन दी जिम्मेवारी इस ग्रुप दी आ, या अज डिसिप्लिन दी जिम्मेवारी इस ग्रुप दी आ, ईवन घर दे विच वी बच्चों नू कोई ना कोई जिम्मेवारी दे के रखो, उन्हां नू लिंक करो कम्युनिटी दे नाल, किसी रिलीजियस इंस्टीट्यूशन बच्चों सिर्फ किताबां पढ़ाने नालों उन्हां दे पद्धर ते आके गल करनी बहुत जरूरी है।
ਖਾਸ ਤੌਰ ਤੇ ਟੀਚਰ ਵੱਲੋਂ ਮੈਂ ਟੀਚਰ ਨੂੰ ਇਸ ਟਾਈਮ ਕਰ ਰਹੀ ਹਾਂ ਰਿਪ੍ਰੈਜ਼ੈਂਟ ਅਧਿਆਪਕ ਵੱਲੋਂ ਬਹੁਤ ਮਹੱਤਵਪੂਰਨ ਗੱਲ ਹੈ ਸਾਡੇ ਕੋਲ ਜਿਹੜਾ ਟਾਈਮ ਟੇਬਲ ਹੈ ਜਦੋਂ ਤੱਕ ਅਸੀਂ ਸਟੂਡੈਂਟ ਸੀ ਇੱਕ ਬੜਾ ਇੰਪੋਰਟੈਂਟ ਪੀਰੀਅਡ SUPW ਦਾ ਹੋਇਆ ਕਰਦਾ ਸੀ ਸੋਸ਼ਲੀ ਯੂਜ਼ਫੁਲ ਪ੍ਰੋਡਕਟਿਵ ਵਰਕ ਜਿਹੜਾ ਅੱਜ ਦੇ ਟਾਈਮ ਟੇਬਲ 'ਚ ਕਿਤੇ ਨਹੀਂ ਹੈ ਸਾਡੇ ਅਸੀਂ ਜੇ ਕਿਤੇ ਗੱਲ ਕਰ ਰਹੇ ਹਾਂ ਜਿਵੇਂ ਸਰ ਨੇ ਗੱਲ ਕੀਤੀ ਸੀ ਕਿ ਛਾਪੇ ਮਾਰਨ ਵਾਲੀ ਗੱਲ ਸਮਟਾਈਮਸ ਜੇ ਪ੍ਰਿੰਸੀਪਲ ਵੀ ਰਾਊਂਡ ਤੇ ਹੈਗੇ ਆ ਤੇ ਉਹ ਕਈ ਵਾਰੀ ਕਹਿੰਦੇ ਵੀ ਇਹ ਤੁਸੀਂ ਸਿਲੇਬਸ ਤੋਂ ਬਾਹਰੀਆਂ ਗੱਲਾਂ ਕਰਦੇ ਹੋ ਇੱਕ ਹੋਰ ਇੰਪੋਰਟੈਂਟ ਗੱਲ ਯੂਨੀਵਰਸਿਟੀ ਦੀ ਇੱਕ ਟੀਮ ਨੇ ਨਾਟਕ ਖੇਡ ਰਹੇ ਨੇ ਉਹ ਟੀਚਰ ਸਟੂਡੈਂਟ ਰਿਲੇਸ਼ਨਸ਼ਿਪ ਤੇ ਉਹ ਨਾਟਕ ਮੈਨੂੰ ਬਹੁਤ ਮਹੱਤਵਪੂਰਨ ਲੱਗਿਆ ਅਤੇ ਮੈਨੂੰ ਲੱਗਿਆ ਕਿ ਸਕੂਲਾਂ 'ਚ ਖੇਡਿਆ ਜਾਣਾ ਚਾਹੀਦਾ ਚਾਹੀਦੀਆਂ ਤਾਂ ਇਹ ਗੱਲਾਂ ਮਹਿਕਮੇ ਵੱਲੋਂ ਨੇ ਪਰ ਜਦੋਂ ਮੈਂ ਗੱਲ ਇਸ ਨੂੰ ਥੋੜ੍ਹਾ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਅਤੇ ਮੈਨੂੰ ਇੱਕ ਚਿੱਠੀ ਦਾ ਬਿਓਰਾ ਦਿੱਤਾ ਗਿਆ ਪ੍ਰਿੰਸੀਪਲ ਵੱਲੋਂ ਕਿ ਸਾਡੇ ਤਾਂ ਜੀ ਸੈਕਟਰੀ ਸਾਹਿਬ ਦੀ ਇੱਕ ਚਿੱਠੀ ਹਦਾਇਤ ਹੈ ਕਿ ਇਹੋ ਜਿਹਾ ਕੁਛ ਵੀ ਨਹੀਂ ਹੋਣਾ ਚਾਹੀਦਾ ਮੈਂ ਪ੍ਰਬੰਧਕ ਹੀ ਨਹੀਂ ਰਿਹਾ ਪਹਿਲਾਂ ਮੈਂ ਲੈਕਚਰਰ ਅਤੇ ਪ੍ਰਿੰਸੀਪਲ ਵੀ ਰਿਹਾ ਮੈਂ ਪ੍ਰਿੰਸੀਪਲ ਦੇ ਤੌਰ 'ਤੇ ਬੜੇ ਅੱਛੇ ਅੱਛੇ ਤਜਰਬੇ ਕੀਤੇ ਨੇ ਕਿ ਬਹੁਤ ਸਾਰੇ ਉਹਨਾਂ ਦੇ ਵਿੱਚ ਮੈਂ ਇਹ ਮੰਨਦਾ ਕਿ ਮੇਰੇ ਕੋਲ ਵੀ ਕੁਛ ਐਸੇ ਅਧਿਆਪਕ ਸੀ ਜਿਹੜੇ ਬੱਚਿਆਂ ਨੂੰ ਬੁਰੀ ਤਰ੍ਹਾਂ ਕੁੱਟਦੇ ਸੀ ਇੱਕ ਬੱਚਾ ਮੈਨੂੰ ਮੈਂ ਉੱਥੇ ਬਸ ਇਹ ਹੁਣ ਆਪਣੇ ਕੋਲ ਟਾਈਮ ਬਿਲਕੁਲ ਖਤਮ ਹੈ ਤੁਸੀਂ ਇਹ ਦੱਸੋ ਇੱਕ ਲਾਈਨ 'ਚ ਕਰਨਾ ਕੀ ਚਾਹੀਦਾ ਮੈਂ ਚਾਹੁੰਦਾ ਮੈਂ ਮਤਲਬ ਕਿ ਅਧਿਆਪਕਾਂ ਨੂੰ ਜਿਹੜੀ ਇਹ ਫਿਜ਼ੀਕਲ ਪਨਿਸ਼ਮੈਂਟ ਹੈ ਇਹ ਤਾਂ ਸੋਚਣਾ ਵੀ ਨਹੀਂ ਚਾਹੀਦਾ ਇਹਦਾ ਕੋਈ ਅਧਿਆਪਕ ਨਾਲ ਸੰਬੰਧ ਹੀ ਨਹੀਂ ਅਰੇ ਬਹੁਤ ਭੈੜੀ ਕੁਰੀਤੀ ਹੈ ਸਾਰੀ ਦੁਨੀਆ ਛੱਡ ਚੁੱਕੀ ਹੈ ਸਾਨੂੰ ਵੀ ਛੱਡਣਾ ਚਾਹੀਦਾ ਜਿਵੇਂ ਚਹਿਲ ਸਾਹਿਬ ਨੇ ਕਿਹਾ ਇਹ ਗੱਲ ਬਿਲਕੁਲ ਸਹੀ ਲੱਗਦੀ ਹੈ ਕਿ ਮੇਰੀ ਵੀ ਇੱਛਾ ਇਹ ਮੈਂ ਲਗਾਤਾਰ ਇਹ ਕਹਿੰਦਾ ਵੀ ਹਾਂ ਕਦੇ ਵੀ ਬੱਚੇ ਨੂੰ ਕਿਸੇ ਕਿਸਮ ਦੀ ਪਨਿਸ਼ਮੈਂਟ ਨਾ ਘਰ 'ਚ ਅਤੇ ਨਾ ਹੀ ਜਿਹੜੀ ਹੈ ਸਕੂਲ 'ਚ ਮਿਲਣੀ ਚਾਹੀਦੀ ਹੈ ਲੇਕਿਨ ਉਸ 'ਤੇ ਜਿਸ ਤਰ੍ਹਾਂ ਸਾਡੇ ਮਾਹਰ ਵਿਦਵਾਨਾਂ ਨੇ ਕਿਹਾ ਡਾਕਟਰ ਦਮਨ ਸੰਧੂ ਹੋਰਾਂ ਨੇ ਕਿਹਾ ਕਿ ਬੱਚੇ ਦੇ ਲਈ ਪਿਆਰ ਦੇ ਨਾਲ ਉਸਨੂੰ ਵਕਤ ਦੇਣਾ ਪਿਆਰ ਦੇਣਾ ਉਸ 'ਤੇ ਜ਼ਿੰਮੇਵਾਰੀ ਪਾਉਣਾ ਔਰ ਜਿਸ ਤਰ੍ਹਾਂ ਡਾਕਟਰ ਆਸ਼ਾ ਕਰਨ ਨੇ ਕਿਹਾ ਕਿ ਉਸਨੂੰ ਚੰਗੀਆਂ ਕਿਤਾਬਾਂ ਉਹਦੇ ਨਾਲ ਨਿੱਜੀ ਜਿਹੜਾ ਹੈ ਅਧਿਆਪਕ ਸੰਬੰਧ ਬਣਾ ਕੇ ਉਸਨੂੰ ਮੋਟੀਵੇਟ ਕਰੇ ਅਤੇ ਕੋਈ ਵਧੀਆ ਏਮ ਦੇਵੇ ਜਿਹਦੇ ਲਈ ਉਹ ਤਿਆਰੀ ਕਰੇ ਕਿਸੇ ਇੱਕ ਖੇਤਰ ਦੇ ਲਈ ਉਹਨੂੰ ਤਿਆਰ ਕਰਨਾ ਬੜਾ ਜ਼ਰੂਰੀ ਹੈ ਉਹ ਓਬਜ਼ਰਵ ਕਰੋ ਕਿ ਉਹ ਕੀ ਕਿਸ ਪਾਸੇ ਜਾ ਸਕਦਾ ਕੋਈ ਵਧੀਆ ਖਿਡਾਰੀ ਬਣ ਸਕਦਾ ਕੋਈ ਵਧੀਆ ਡਾਕਟਰ ਬਣ ਸਕਦਾ ਕੋਈ ਵਧੀਆ ਇੰਜੀਨੀਅਰ ਬਣ ਸਕਦਾ ਕੋਈ ਸਾਹਿਤਕਾਰ ਬਣ ਸਕਦਾ ਕੁਛ ਨਾ ਕੁਛ ਨੇਚਰ ਨੇ ਹਰ ਬੰਦੇ ਦੇ ਵਿੱਚ ਦਿੱਤਾ ਹੋਇਆ ਪਾਇਆ ਹੋਇਆ ਇਹ ਲੱਭ ਕੇ ਉੱਧਰ ਬੱਚੇ ਨੂੰ ਪ੍ਰੇਰਿਤ ਕਰਨਾ ਔਰ ਤੀਜੀ ਅਤੇ ਬੜੀ ਮਹੱਤਵਪੂਰਨ ਗੱਲ ਜਿਹੜੀ ਡਾਕਟਰ ਦਮਨ ਸੰਧੂ ਹੋਰਾਂ ਨੇ ਕੀ ਹੈ ਅਤੇ ਬੱਚੇ 'ਤੇ ਨਿਗਾਹ ਰੱਖਣਾ ਕਿ ਉਹ ਕਿੰਨਾ ਇੰਟਰਨੈਟ ਯੂਜ਼ ਕਰ ਰਿਹਾ ਉਹਦੇ ਕੰਪਨੀ ਕਿਸ ਕਿਸ ਦੀ ਉਹਦੀ ਸੰਗਤ ਕਿਸ ਕਿਸਮ ਦੀ ਹੈ ਕਿੰਨਾ ਟਾਈਮ ਬਾਹਰ ਲਾਉਂਦੇ ਸਾਰੀਆਂ ਗੱਲਾਂ ਜੇ ਅਸੀਂ ਉਹਦਾ ਧਿਆਨ ਰੱਖਾਂਗੇ ਸ਼ਾਇਦ ਅਸੀਂ ਆਪਣੇ ਬੱਚਿਆਂ ਨੂੰ ਇਸ ਕਿਸਮ ਦੀ ਹਿੰਸਾ ਦੀ ਪ੍ਰਵਿਰਤੀ ਤੋਂ ਬਚਾ ਸਕਾਂਗੇ ਔਰ ਅਸੀਂ ਆਸ ਕਰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਪਾਸਿਓਂ ਬਚਾ ਕੇ ਚੰਗੇ ਰਸਤੇ 'ਤੇ ਰੱਖੀਏ ਅਤੇ ਚੰਗੇ ਵਿਦਿਆਰਥੀ ਦੇ ਤੌਰ 'ਤੇ ਚੰਗੇ ਨਾਗਰਿਕ ਦੇ ਤੌਰ 'ਤੇ ਉਹਨਾਂ ਨੂੰ ਬਣਾਈਏ ਤੁਸੀਂ ਡਾਕਟਰ ਸੰਧੂ ਆਸ਼ਾ ਕਿਰਨ ਔਰ ਚਹਿਲ ਸਾਹਿਬ ਤੋਂ ਸਾਰੇ ਸਟੂਡੀਓ 'ਚ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਆਰੇ ਦਰਸ਼ਕੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ